ਦੇਖੋ ਕਾਂਗਰਸ ਦੇ ਮੈਨੀਫੈਸਟੋ ਨੂੰ ਮੈਂ ਥੋੜ੍ਹੇ ਸ਼ਬਦਾਂ ਦੇ ਵਿੱਚ ਜੇ ਕਹਿਣਾ ਹੋਵੇ ਤਾਂ ਇਹ ਕਹਿ ਸਕਦਾ ਕਿ ਦੇਸ਼ ਦੇ ਲੋਕਾਂ ਦੇ ਨਾਲ ਠੱਗੀ ਮਾਰਨ ਵਾਸਤੇ ਇੱਕ ਨਵੀਂ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਉਹ ਤਿਆਰ ਹੋਈ, ਕਿਉਂਕਿ ਦੇਸ਼ ਦੇ ਲੋਕ ਜਿਹੜੇ ਹੈ ਕਾਂਗਰਸ ਉੱਤੇ ਇਤਬਾਰ ਨਹੀਂ ਕਰ ਸਕਦੇ, ਇਹਦੀ ਕ੍ਰੈਡੀਬਿਲਿਟੀ ਇੰਨੀ ਲੋ ਹੋ ਚੁੱਕੀ, ਔਰ ਨਾ ਹੀ ਜਿਹੜਾ ਲੀਡਰ ਇਹਨਾਂ ਨੇ ਅੱਗੇ ਪ੍ਰਧਾਨ ਮੰਤਰੀ ਵਾਸਤੇ ਲਾਇਆ ਉਹਦੇ 'ਤੇ ਦੇਸ਼ ਦੀ ਜਨਤਾ ਇਤਬਾਰ ਕਰ ਸਕਦੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਲੋਕ ਇਹਨਾਂ ਦੇ ਅੱਜ ਦੇ ਮੈਨੀਫੈਸਟੋ ਦੇ ਉੱਤੇ ਇਤਬਾਰ ਕਿੱਦਾਂ ਕਰਨ, ਜਦੋਂ ਕਿ ਪੰਜਾਬ ਦੇ ਵਿੱਚ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਗਿਆ ਸੀ ਉਹਦੇ ਉੱਤੇ ਵੀ ਡਾਕਟਰ ਮਨਮੋਹਨ ਸਿੰਘ ਹਰਾਂ ਦੀ ਮੋਹਰ ਸੀ। ਉਹ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਉਦੋਂ ਕਸਮਾਂ ਖਾਧੀਆਂ ਗਈਆਂ ਸੀ, ਉਹਦੇ ਵਿੱਚੋਂ ਤਾਂ ਇੱਕ ਵੀ ਚੀਜ਼ ਨਹੀਂ ਪੂਰੀ ਹੋਈ। ਜੇ ਪੰਜਾਬ ਦੇ ਵਿੱਚ 90,000 ਕਰੋੜ ਦੇ ਕਰਜ਼ਾ ਮਾਫ਼ੀ ਦੀ ਗੱਲ ਕਰਕੇ ਕਾਂਗਰਸ ਪੰਜਾਬ ਦੇ ਕਿਸਾਨ ਨਾਲ ਠੱਗੀ ਕਰ ਸਕਦੀ ਹੈ ਤਾਂ ਹੁਣ ਸਾਰੇ ਦੇਸ਼ ਦੇ ਨਾਲ ਠੱਗੀ ਹੋ ਰਹੀ। ਪੰਜਾਬ ਦੇ ਵਿੱਚ ਜਿਹੜੀ ਹੈ ਨੌਜਵਾਨਾਂ ਦੇ ਨਾਲ ਰੁਜ਼ਗਾਰ ਦੀ ਗੱਲ ਕਰਕੇ ਅੱਜ 100% ਕਾਂਗਰਸ ਨੇ ਠੱਗੀ ਮਾਰੀ ਹੈ ਅਤੇ ਹੁਣ ਦੇਸ਼ ਦੇ ਵਿੱਚ 34 ਲੱਖ ਨੌਕਰੀਆਂ ਸਾਰੇ ਦੇਸ਼ ਦੇ ਨੌਜਵਾਨਾਂ ਨੂੰ ਠੱਗੇ ਜਾ ਰਹੇ। ਪੰਜਾਬ ਦੇ ਗਰੀਬ ਨੂੰ ਇਹਨਾਂ ਨੇ 1 ਪੈਸਾ ਨਹੀਂ ਦੇਣਾ, ਕਿਉਂਕਿ ਜਿਹੜੀ 12,000 ਦੀ ਕੰਡੀਸ਼ਨ ਇਹਨਾਂ ਨੇ ਮਿਨੀਮਮ ਉਹਦੀ ਆਮਦਨ ਦੀ ਰੱਖੀ ਹੈ, ਪੰਜਾਬ ਦੇ ਵਿੱਚ ਆਲਰੇਡੀ ਆਮਦਨ 16,000 ਤੋਂ ਉੱਪਰ, ਇਸ ਕਰਕੇ ਸਾਡੇ ਲੋਕਾਂ ਦੇ ਨਾਲ ਤਾਂ ਇਹਨਾਂ ਦੀ ਪਹਿਲਾਂ ਹੀ ਠੱਗੀ ਵੱਜ ਗਈ। ਅੱਜ ਐਜੂਕੇਸ਼ਨ ਦੇ ਉੱਤੇ ਵੱਧ ਖਰਚ ਕਰਨ ਦੀ ਗੱਲ ਕਰ, ਅਤੇ ਜਿਹੜਾ ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਉਦੋਂ ਸਮਾਰਟਫੋਨ ਦਾ ਵਾਧਾ ਕੀਤਾ ਸੀ, ਹੋਰ ਸਹੂਲਤਾਂ ਦਾ ਵਾਧਾ ਕੀਤਾ ਸੀ, ਉਹ ਤਾਂ ਸਾਰਾ ਹੀ ਇਹਨਾਂ ਦਾ ਫਰਾਕ ਸਾਬਤ ਹੋ ਗਿਆ। ਇਸ ਕਰਕੇ ਸਾਰੇ ਲੋਕਾਂ ਦੇ ਨਾਲ ਜੋ ਜੋ ਵਾਅਦੇ ਇਹਨਾਂ ਨੇ ਪੰਜਾਬ ਦੇ ਵਿੱਚ ਕੀਤੇ ਸੀ ਉਹ ਸਾਰੇ ਵਾਅਦੇ ਫਰਾਡ ਸਾਬਤ, ਅਤੇ ਹੁਣ ਨਵੀਂ ਪ੍ਰੋਜੈਕਟ ਰਿਪੋਰਟ ਬਣਾ ਕੇ ਹੁਣ ਬਾਕੀ ਦੇਸ਼ ਨੂੰ ਠੱਗਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਕਰਕੇ ਇਹਦੇ 'ਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਔਰ ਨਾ ਹੀ ਲੋਕ ਕਾਂਗਰਸ ਦੀ ਲੀਡਰਸ਼ਿਪ ਦੇ ਉੱਤੇ ਨਾ ਹੀ ਇਹਦੀ ਕ੍ਰੈਡੀਬਿਲਿਟੀ ਦੇ ਉੱਤੇ ਕਿਸੇ ਵੀ ਚੀਜ਼ ਦੇ ਉੱਤੇ ਲੋਕ ਇਤਬਾਰ ਨਹੀਂ ਕਰ ਸਕਦੇ। ਇਸ ਕਰਕੇ ਇਹ ਠੱਗੀ ਹੈ, ਕਲੀਅਰ ਕੱਟ ਠੱਗੀ ਹੈ, ਇਸ ਤੋਂ ਇਲਾਵਾ ਇਹਦੇ 'ਤੇ ਹੋਰ ਕੁਛ ਨਹੀਂ ਕਹਿ ਸਕਦਾ।